ਪਿਆਰੀ ਖਾਲਸਾ ਸਾਧ ਸੰਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸੰਗਤਾਂ ਨਾਨਕ ਸਰ ਦੇ ਇਸ ਬਾਬਾ ਜੀ ਦੇ ਸਥਾਨ ਤੇ ਸਾਲਾਨਾ ਸਮਾਗਮ ਵਿੱਚ ਗੁਰੂ ਕੀਆਂ ਕਥਾ ਕਹਾਣੀਆਂ, ਗੁਰੂ ਕਾ ਹਰ ਜਸ ਸਰਵਣ ਕਰਨ ਵਾਸਤੇ ਪਹੁੰਚੇ ਹੋ, ਸੋ ਵੱਡੇ ਭਾਗਾਂ ਵਾਲੇ ਹੋ। ਇਹ ਸਮਾਗਮ ਮਹਾਂਪੁਰਖਾਂ ਦੀ ਯਾਦ ਵਿੱਚ ਰੱਖਿਆ ਗਿਆ। ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ, ਉਹਨਾਂ ਦਾ 100 ਸਾਲਾ ਜਨਮ ਦਿਹਾੜਾ ਔਰ ਉਹਨਾਂ ਤੋਂ ਵਰਸਾਏ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਬਰਸੀ ਦੀ ਯਾਦ ਵਿੱਚ ਇਹ ਸਮਾਗਮ ਹੈ। ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਬੈਠਣਾ, ਚਾਹੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਹੈ ਜਾਂ ਮਹਾਂਪੁਰਖਾਂ ਦੀ ਬਰਸੀ ਦੀ ਯਾਦ ਵਿੱਚ ਜੁੜ ਬੈਠੇ ਹੋਣਾ, ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ। ਬੱਚਾ ਸਕੂਲ ਵਿੱਚ ਪੜ੍ਹਦਾ ਹੈ, ਉਹਨੂੰ ਸਕੂਲ ਦੇ ਵਿੱਚੋਂ ਵਿਦਿਆ ਮਿਲਦੀ। ਸਕੂਲ ਵਿੱਚ ਬੱਚਾ ਨਹੀਂ ਜਾਏਗਾ, ਉਸਨੂੰ ਵਿਦਿਆ ਨਹੀਂ ਮਿਲੇਗੀ। ਇਸੇ ਤਰ੍ਹਾਂ ਸੰਗਤ ਵਿੱਚ ਬੈਠ ਕੇ ਹੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਗੁਰਬਾਣੀ ਪੜ੍ਹਨੀ ਹੈ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਹੈ, ਔਰ ਗੁਰਬਾਣੀ ਦਾ ਸਤਿਕਾਰ, ਗੁਰੂ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ। ਇਹ ਸਾਨੂੰ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਹੀ ਮਿਲਦਾ। ਜਿਵੇਂ ਬੱਚਾ ਸਕੂਲ ਵਿੱਚ ਪੜ੍ਹਦਾ ਹੈ, ਉੱਥੇ ਉਹਨੂੰ ਦੁਨਿਆਵੀ ਵਿਦਿਆ ਵੀ ਮਿਲਦੀ ਹੈ, ਉਹਨੂੰ ਡਿਸਿਪਲਿਨ ਤੋਂ ਵੀ ਜਾਣੂ ਕਰਾਇਆ ਜਾਂਦਾ ਹੈ। ਇਸੇ ਤਰ੍ਹਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਗੁਰਬਾਣੀ ਦੇ ਨਾਲ ਵੀ ਜੋੜਿਆ ਜਾਂਦਾ ਹੈ, ਔਰ ਸਤਿਕਾਰ ਗੁਰਬਾਣੀ ਦਾ, ਗੁਰੂ ਸਾਹਿਬਾਂ ਦਾ ਸਤਿਕਾਰ ਕਿਵੇਂ ਕਰਨਾ ਹੈ, ਇਹ ਸਾਨੂੰ ਵੀ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਮਿਲਦਾ। ਇਹ ਮਹਾਂਪੁਰਖਾਂ ਪਾਸੋਂ ਸਾਨੂੰ ਸਿੱਖਿਆ ਮਿਲਦੀ ਹੈ, ਕਿਉਂ ਮਹਾਂਪੁਰਖ ਆਪ ਇਸ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ ਜੁੜੇ ਨੇ ਔਰ ਦੂਸਰਿਆਂ ਨੂੰ ਉਪਦੇਸ਼ ਕਰਕੇ ਗੁਰੂ ਦੇ ਨਾਲ ਜੋੜਦੇ ਨੇ। ਜਿਹੜਾ ਮਹਾਂਪੁਰਖ ਆਪਣੀ ਰਸਨਾ ਤੋਂ ਕੋਈ ਜਗਿਆਸੂ ਲਈ ਬੋਲ ਬਚਨ ਕਰਦੇ ਨੇ, ਉਹ ਮਹਾਂਪੁਰਖਾਂ ਦਾ ਆਪਣਾ ਕਮਾਇਆ ਹੁੰਦਾ। ਮਹਾਂਪੁਰਖਾਂ ਨੇ ਪਹਿਲਾਂ ਉਸ ਸ਼ਬਦ ਦੀ, ਉਸ ਬਚਨ ਦੀ ਕਮਾਈ ਕੀਤੀ ਹੁੰਦੀ ਹੈ, ਔਰ ਜਿਹੜਾ ਮਹਾਂਪੁਰਖਾਂ ਦੀ ਰਸਨਾ ਤੋਂ ਬਚਨ ਨਿਕਲਦਾ ਹੈ, ਰਸਨਾ ਤੋਂ ਨਿਕਲਿਆ ਹੋਇਆ ਬਚਨ ਉਹਨਾਂ ਦੇ ਹਿਰਦੇ ਵਿੱਚੋਂ ਨਿਕਲਦਾ ਹੈ, ਔਰ ਉਹਨਾਂ ਦੇ ਮਹਾਂਪੁਰਖਾਂ ਦੇ ਹਿਰਦੇ ਵਿੱਚੋਂ ਨਿਕਲਿਆ ਕੋਈ ਵੀ ਬੋਲ ਸੁਣਨ ਵਾਲੇ ਜਗਿਆਸੂ ਦੇ ਹਿਰਦੇ ਵਿੱਚ ਅਸਰ ਕਰਦਾ। ਇੱਕ ਪੜ੍ਹੇ ਲਿਖੇ, ਇੱਕ ਵਿਦਵਾਨ ਦੇ ਬੋਲ ਉਹਦੇ ਦਿਮਾਗ ਵਿੱਚੋਂ ਨਿਕਲਦੇ ਨੇ ਔਰ ਸੁਣਨ ਵਾਲੇ ਜਗਿਆਸੂ ਦੇ ਦਿਮਾਗ ਤੇ ਛਾਪ ਛੱਡ ਜਾਂਦੇ ਨੇ।
ਔਰ ਜਿਹੜਾ ਮਹਾਂਪੁਰਖਾਂ ਦੀ ਰਸਨਾ ਤੋਂ ਬਚਨ ਨਿਕਲਦਾ ਹੈ ਉਹਨਾਂ ਦੇ ਹਿਰਦੇ ਵਿੱਚੋਂ ਨਿਕਲਦਾ ਹੈ ਔਰ ਸੁਣਨ ਵਾਲੇ ਜਗਿਆਸੂ ਦੇ ਹਿਰਦੇ ਵਿੱਚ ਜਾ ਕੇ ਅਸਰ ਕਰਦਾ ਹੈ। ਕਿਉਂ? ਮਹਾਂਪੁਰਖਾਂ ਨੇ ਉਹਨਾਂ ਬਚਨਾਂ ਦੀ ਕਮਾਈ ਕੀਤੀ ਹੁੰਦੀ ਹੈ। ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦਾ 100 ਸਾਲਾ ਜਨਮ ਦਿਹਾੜਾ ਮਨਾ ਰਹੇ ਹਾਂ, ਉਹਨਾਂ ਨੇ ਆਪਣੇ ਸਮੇਂ ਦੌਰਾਨ ਜਿੱਥੇ ਵੀ ਦੀਵਾਨ ਲਾਏ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਵੀ ਜੋੜਿਆ ਔਰ ਅੰਮ੍ਰਿਤ ਛਕਣ ਵਾਸਤੇ ਵੀ ਪ੍ਰੇਰਨਾ ਦਿੱਤੀ। ਜਿਸ ਨਗਰ ਵਿੱਚ ਗਏ, ਜਿਸ ਸ਼ਹਿਰ ਵਿੱਚ ਗਏ, ਜਿਸ ਇਲਾਕੇ ਵਿੱਚ ਗਏ, ਉਸ ਇਲਾਕੇ ਦੇ ਮੁਤਾਬਕ ਉਹੋ ਜੇ ਉਸ ਤਰ੍ਹਾਂ ਦੇ ਬਚਨ ਉਦਾਹਰਣਾਂ ਦੇ ਕੇ ਸੰਗਤਾਂ ਨੂੰ ਗੁਰੂ ਵਾਲੇ ਪਾਸੇ ਜੋੜਿਆ। ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਮਸੀਤਾ ਨਗਰ ਵਿੱਚ ਗਏ 1961 ਦੇ ਵਿੱਚ। ਉੱਥੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ, ਭਾਈ ਗੁਰਬਾਣੀ ਪੜ੍ਹੋ, ਨਿਤਨੇਮ ਕਰੋ, ਗੁਰੂ ਵਾਲੇ ਬਣੋ। ਔਰ ਜਿਹੜੇ ਅੱਗੇ ਮੁਖੀ ਸੰਗੀ ਬੈਠੇ ਸਨ, ਸਟੇਜ ਇਸ ਤਰ੍ਹਾਂ ਲੱਗੀ ਹੈ, ਬਾਬਾ ਜੀ ਨੇ ਸੰਗੀਆਂ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਭਾਈ ਤੁਸੀਂ ਸਾਰੇ ਜ਼ਿਮੀਂਦਾਰ ਹੋ, ਖੇਤੀ ਕਰਦੇ ਹੋਗੇ। ਸਾਰੇ ਪੁਰਾਣੇ ਸੰਗੀ ਅੱਗੇ ਬੈਠੇ ਸਨ, ਉਹਨਾਂ ਨੇ ਬੇਨਤੀ ਕੀਤੀ, ਬਾਬਾ ਜੀ ਹਾਂ ਸਾਰੇ ਜ਼ਿਮੀਂਦਾਰ ਹਾਂ, ਕਿਸਾਨ ਹਾਂ, ਖੇਤੀ ਕਰਦੇ ਹਾਂ। ਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਭਾਈ ਜਿਹੜਾ ਜ਼ਿਮੀਂਦਾਰ ਹੈ, ਕਿਸਾਨ ਹੈ, ਜਦੋਂ ਸ਼ਾਮ ਨੂੰ ਖੇਤ ਵਿੱਚ ਗੇੜਾ ਮਾਰੇ, ਸ਼ਾਮ ਨੂੰ ਖੇਤ ਵਿੱਚ ਗੇੜਾ ਮਾਰੇ, ਹਰੀ ਭਰੀ ਫਸਲ ਵੇਖ ਕੇ ਖੁਸ਼ ਹੋਏਗਾ ਕਿ ਰੋੜ ਵੇਖ ਕੇ? ਬਾਬਾ ਜੀ ਕਹਿਣ ਲੱਗੇ, ਭਾਈ ਜ਼ਿਮੀਂਦਾਰ ਸ਼ਾਮ ਨੂੰ ਖੇਤ ਵਿੱਚ ਗੇੜਾ ਮਾਰੇ, ਉਹ ਹਰੀ ਭਰੀ ਫਸਲ ਵੇਖ ਕੇ ਖੁਸ਼ ਹੋਏਗਾ ਕਿ ਰੋੜ ਵੇਖ ਕੇ? ਉਹ ਕਹਿਣ ਲੱਗੇ, ਗੁਰਮੁਖ ਪਿਆਰੇ ਸਾਰੇ ਜੋ ਅੱਗੇ ਬੈਠੇ ਸਨ, ਉਹ ਕਹਿਣ ਲੱਗੇ, ਬਾਬਾ ਜੀ ਕਿਸਾਨ ਨੂੰ, ਜ਼ਿਮੀਂਦਾਰ ਨੂੰ ਤਾਂ ਫਸਲ ਦੇ ਨਾਲ ਹੀ ਭਾਏ, ਉਹ ਤਾਂ ਹਰੀ ਭਰੀ ਫਸਲ ਵੇਖ ਕੇ ਖੁਸ਼ ਹੋਵੇਗਾ। ਤੇ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪਣੇ ਦਾੜੇ ਵੱਲ ਹੱਥ ਕਰਕੇ ਕਹਿਣ ਲੱਗੇ, ਭਾਈ ਤੁਸੀਂ ਬਹੁਤਿਆਂ ਨੇ ਰੋੜ ਕੀਤੀ ਹੋਈ ਹੈ। ਭਾਵ ਕਿ ਮਹਾਂਪੁਰਖਾਂ ਨੇ ਸਮਝਾਉਣ ਦਾ ਤਰੀਕਾ, ਉੱਥੇ ਫਿਰ ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣੇ। ਗੁਰਬਾਣੀ ਦੇ ਨਾਲ ਜੋੜਨਾ, ਗੁਰੂ ਦੇ ਨਾਲ ਜੋੜਨਾ, ਇਹ ਮਹਾਂਪੁਰਖਾਂ ਦਾ ਨਿਸ਼ਾਨਾ ਹੁੰਦਾ। ਜੇ ਆਮ ਕਿਸੇ ਨੂੰ ਆਪਾਂ ਵੀ ਪ੍ਰੇਰਨਾ ਕਰਕੇ ਕਹੀਏ, ਉਹ ਆਖੇ ਨਹੀਂ ਲੱਗਦਾ, ਕਿਉਂ? ਮਹਾਂਪੁਰਖਾਂ ਦੀ ਬੰਦਗੀ ਕਮਾਈ ਹੁੰਦੀ ਹੈ, ਕਮਾਈ ਦੇ ਅਸਰ ਦੇ ਨਾਲ ਹੀ ਜਗਿਆਸੂ ਨੂੰ ਉਹ ਗੁਰਬਾਣੀ ਨਾਲ, ਗੁਰੂ ਦੇ ਨਾਲ ਜੋੜਦੇ ਨੇ। ਤੇ ਗੁਰੂ ਦੇ ਨਾਲ ਜੁੜਨਾ ਹੀ ਜ਼ਿੰਦਗੀ ਹੈ। ਗੁਰੂ ਦੇ ਨਾਲੋਂ ਦੂਰ ਹੋਣਾ, ਗੁਰੂ ਦੇ ਨਾਲੋਂ ਟੁੱਟ ਜਾਣਾ, ਇਹ ਬਰਬਾਦੀ ਹੈ, ਔਰ ਗੁਰੂ ਦੇ ਨਾਲ ਜੁੜਨਾ ਹੀ ਜ਼ਿੰਦਗੀ ਹੈ। ਕਹਿੰਦੇ ਜਿਵੇਂ ਗੁਲਾਬ ਦਾ ਫੁੱਲ ਜਦੋਂ ਟਾਹਣੀ ਦੇ ਨਾਲ ਜੁੜਿਆ ਹੁੰਦਾ ਹੈ, ਬੜੀਆਂ ਮਹਿਕਾਂ ਦਿੰਦਾ ਹੈ। ਗੁਲਾਬ ਦਾ ਫੁੱਲ ਟਾਹਣੀ ਦੇ ਨਾਲ ਜੁੜਿਆ, ਬੜੀਆਂ ਮਹਿਕਾਂ ਦਿੰਦਾ ਹੈ, ਸੁਗੰਧੀ ਦਿੰਦਾ ਹੈ। ਪਰ ਜੇ ਉਹ ਗੁਲਾਬ ਦਾ ਫੁੱਲ ਟਾਹਣੀ ਦੇ ਨਾਲੋਂ ਟੁੱਟ ਕੇ ਡਿੱਗ ਪਵੇ, ਉਹ ਮੁਰਝਾ ਜਾਂਦਾ, ਕੋਈ ਸੁਗੰਧੀ ਵੀ ਨਹੀਂ ਦਿੰਦਾ,
ਉਸ ਦਾ ਕੋਈ ਹੁਸਨ ਵੀ ਨਹੀਂ ਰਹਿ ਜਾਂਦਾ। ਕਹਿੰਦੇ ਕੋਈ ਗੁਲਾਬ ਦਾ ਫੁੱਲ ਖਿੜਿਆ ਸੋਹਣਾ ਵੇਖ ਕੇ ਉਸਨੂੰ ਤੋੜਨ ਦਾ ਯਤਨ ਕਰਦਾ ਤੇ ਗੁਲਾਬ ਦਾ ਫੁੱਲ ਅੱਗੋਂ ਕੁਝ ਬੋਲ ਬੋਲਦਾ, ਕਹਿੰਦਾ ਡਾਲੀ ਨਾਲ ਉਹ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਤੂੰ ਸਾਨੂੰ ਟਾਹਣੀ ਦੇ ਨਾਲ ਉਹ ਨਾ ਤੋੜ, ਅਸਾਂ ਤਾਂ ਮਹਿਕ ਦੀ ਹੱਟ ਲਾਈ ਹੋਈ। ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਏਗਾ। ਲੱਖਾਂ ਗਾਹਕ ਵੀ ਸੁੰਘ ਕੇ ਚਲੇ ਜਾਣ ਪਰ ਖਾਲੀ ਇੱਕ ਨਹੀਂ ਜਾਏਗਾ। ਤੂੰ ਇੱਕ ਤੋੜ ਕੇ ਲੈ ਗਿਓ, ਇੱਕ ਜੋਗਾ ਰਹਿ ਜਾਸਾਂ, ਇਹ ਵੀ ਪਲਕ ਝਲਕਦਾ ਮੇਲਾ, ਹੁਸਨ ਮਹਿਕ ਸਭ ਨੱਸ ਜਾਏ। ਇਹ ਵੀ ਪਲਕ ਝਲਕ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਹੁਸਨ ਹੈ, ਸੁਗੰਧੀ ਹੈ, ਖਤਮ ਹੋ ਜਾਣੀ ਹੈ। ਤੇ ਜਦੋਂ ਫੁੱਲ ਟੁੱਟ ਜਾਏ ਉਹ ਮੁਰਝਾ ਜਾਂਦਾ। ਫੁੱਲ ਟਾਹਣੀ ਦੇ ਨਾਲ ਜੁੜਿਆ ਮਹਿਕਾਂ ਵੰਡਦਾ ਹੈ। ਅਸੀਂ ਇਸੇ ਤਰ੍ਹਾਂ ਇਸ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ ਜੁੜਾਂਗੇ, ਸਾਡੇ ਕੋਲੋਂ ਵੀ ਗੁਰੂ ਦੇ ਪਿਆਰ ਦੀ ਮਹਿਕ ਸੁਗੰਧੀ ਆਏਗੀ, ਮਹਿਕ ਸੁਗੰਧੀ ਆਏਗੀ ਕਿ ਅਸੀਂ ਵੀ ਗੁਰੂ ਦੇ ਨਾਲ ਜੁੜਾਂਗੇ। ਸੰਗਤ ਵਿੱਚ ਬੈਠਣਾ, ਮਹਾਂਪੁਰਖਾਂ ਦੀ ਸੰਗਤ ਕਰਨੀ, ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ, ਇਹ ਵੀ ਸਮਾਂ ਵੱਡੇ ਭਾਗਾਂ ਨਾਲ ਮਿਲਦਾ। ਮਹਾਂਪੁਰਖਾਂ ਦੀ ਸੰਗਤ ਵਿੱਚ ਆਣ ਕੇ ਹੀ ਸਾਨੂੰ ਗੁਰਬਾਣੀ ਦਾ ਓਟ ਆਸਰਾ ਲੈਣਾ ਹੈ। ਇਸ ਗੁਰੂ ਅੱਗੇ ਬੇਨਤੀ ਕਰਨੀ ਹੈ। ਗੁਰੂ ਅੱਗੇ ਬੇਨਤੀ ਵੀ ਕਿਵੇਂ ਕਰਨੀ, ਇਹ ਵੀ ਸਾਨੂੰ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਮਿਲਦੀ ਹੈ। ਮਹਾਂਪੁਰਖਾਂ ਦੀ ਸੰਗਤ ਵਿੱਚੋਂ ਮਿਲਦੀ ਹੈ। ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ, ਜਿਨ੍ਹਾਂ ਦਾ 100 ਸਾਲਾ ਜਨਮ ਦਿਹਾੜਾ ਹੈ, ਉਹਨਾਂ ਦੇ ਜੋ ਜੀਵਨ ਵਿੱਚ ਹੱਡ ਬੀਤੀਆਂ ਨੇ, ਔਰ ਬਾਬਾ ਕੁੰਦਨ ਸਿੰਘ ਜੀ ਦੇ ਜੀਵਨ ਵਿੱਚ ਜੋ ਉਹ ਸਮਾਂ ਉਹ ਕੌਤਕ ਆਏ, ਉਹ ਆਪ ਜੀ ਨਾਲ ਸਾਂਝੇ ਕਰ ਰਹੇ ਹਾਂ। ਬਾਬਾ ਈਸ਼ਰ ਸਿੰਘ ਜੀ ਕੋਲ ਕੋਈ ਸੰਗਤ ਆਈ, ਸੰਗਤ ਨੇ ਬੇਨਤੀ ਕੀਤੀ, ਬਾਬਾ ਜੀ ਅਸੀਂ ਕੁਝ ਦਿਨਾਂ ਤੋਂ ਇੱਥੇ ਆਏ ਹਾਂ, ਸਾਡਾ ਮਨ ਇਸ ਦਰਬਾਰ ਨਾਲ ਬਹੁਤ ਜੁੜਿਆ, ਕੁਝ ਦਿਨਾਂ ਤੁਸੀਂ ਨਾਨਕਸਰ ਆਉਣ ਲੱਗੇ ਹਾਂ, ਸਾਡਾ ਮਨ ਇਸ ਦਰਬਾਰ ਨਾਲ ਬਹੁਤ ਜੁੜਿਆ, ਪਰ ਸਾਡੀ ਇੱਕ ਬੇਨਤੀ ਹੈ। ਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਤੁਸੀਂ ਹੁਕਮ ਕਰੋ, ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਦੱਸਾਂਗੇ। ਸੰਗਤ ਨੇ ਬੇਨਤੀ ਕੀਤੀ, ਬਾਬਾ ਜੀ ਕਰਮ ਵੱਡੇ ਨੇ ਕਿ ਭਗਤੀ ਵੱਡੀ? ਬਾਬਾ ਈਸ਼ਰ ਸਿੰਘ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਕਰਮ ਵੱਡੇ ਨੇ ਕਿ ਭਗਤੀ ਵੱਡੀ ਹੈ? ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਕਰਮ ਵੀ ਇੱਕ ਪਾਸੇ, ਭਗਤੀ ਵੀ ਇੱਕ ਪਾਸੇ, ਗੁਰੂ ਦੀ ਮਿਹਰ ਵੱਡੀ ਹੈ। ਗੁਰੂ ਦੀ ਮਿਹਰ ਹੋਵੇ ਤਾਂ ਕਰਮ ਵੀ ਬਦਲ ਜਾਂਦੇ ਨੇ, ਗੁਰੂ ਦੀ ਮਿਹਰ ਹੋਵੇ ਤਾਂ ਭਗਤੀ ਵੀ ਬਦਲ ਜਾਂਦੀ ਹੈ। ਇਸ ਕਰਕੇ ਗੁਰੂ ਦੀ ਮਿਹਰ ਵੱਡੀ ਹੈ, ਔਰ ਗੁਰੂ ਦੀ ਮਿਹਰ ਦੀ ਨਿਸ਼ਾਨੀ ਇਹ ਹੈ ਕਿ ਆਪਾਂ ਸੰਗਤ ਵਿੱਚ ਬੈਠ ਕੇ ਗੁਰੂ ਦੀਆਂ ਕਥਾ ਕਹਾਣੀਆਂ, ਗੁਰੂ ਕਾ ਹਰ ਜਸ ਸਰਵਣ ਕਰ ਰਹੇ ਹਾਂ, ਗੁਰੂ ਸਾਹਿਬਾਂ ਦੇ ਦਰਸ਼ਨ ਕਰ ਰਹੇ ਹਾਂ। ਗੁਰੂ ਸਾਹਿਬਾਂ ਦੇ ਦਰਸ਼ਨਾਂ ਦਾ ਵੀ ਫਲ ਹੈ। ਜਿਸ ਤਰ੍ਹਾਂ ਗੁਰਬਾਣੀ ਪੜ੍ਹਨ ਦਾ ਵੀ ਮਹੱਤਵ ਹੈ, ਫਲ ਹੈ, ਇਸੇ ਤਰ੍ਹਾਂ ਸੰਗਤ ਵਿੱਚ ਬੈਠ ਕੇ ਗੁਰੂ ਦੀਆਂ ਕਥਾ ਕਹਾਣੀਆਂ, ਗੁਰੂ ਕਾ ਹਰ ਜਸ ਸਰਵਣ ਕਰਨ ਦਾ ਵੀ ਫਲ ਹੈ। ਇਸੇ ਤਰ੍ਹਾਂ ਜਿਹੜੇ ਆਪਾਂ ਗੁਰੂ ਸਾਹਿਬਾਂ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਦਰਸ਼ਨ ਕਰਦੇ ਆ ਨਾ, ਇਹਨਾਂ ਦਰਸ਼ਨਾਂ ਦਾ ਵੀ ਫਲ ਮਹੱਤਵ ਹੈ। ਗੁਰੂ ਸਾਹਿਬਾਂ ਦੇ ਗੁਰਬਾਣੀ ਦੇ ਦਰਸ਼ਨਾਂ ਕਰਨ ਦਾ, ਦਰਸ਼ਨ ਕਰਨ ਦਾ ਵੀ ਫਲ ਮਿਲਦਾ ਹੈ। ਜਿਹੜੀਆਂ ਕਥਾ ਕਹਾਣੀਆਂ ਸੁਣਨੀਆਂ, ਇਸ ਦਾ ਵੀ ਫਲ ਮਿਲਦਾ ਹੈ। ਗੁਰੂ ਸਾਹਿਬਾਂ ਦੇ ਦਰਸ਼ਨਾਂ ਦਾ ਵੀ ਫਲ ਮਿਲਦਾ ਹੈ। ਇਹ ਸਾਰੀ ਸਿੱਖਿਆ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਹੀ ਮਿਲਦੀ ਹੈ। ਜੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦਾ ਆਪਾਂ 100 ਸਾਲਾ ਮਨਾ ਰਹੇ ਹਾਂ, ਬਾਬਾ ਕੁੰਦਨ ਸਿੰਘ ਜੀ ਮਹਾਰਾਜ ਉਹਨਾਂ ਦੀ ਬਰਸੀ ਦੀ ਯਾਦ ਵਿੱਚ ਜੁੜ ਬੈਠੇ ਹਾਂ, ਆਪ ਵਿੱਚੋਂ ਬਹੁਤੀਆਂ ਸੰਗਤਾਂ ਹੋਣਗੀਆਂ ਜਿਨ੍ਹਾਂ ਨੇ ਬਾਬਾ ਕੁੰਦਨ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੋਣਗੇ। ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਲਾ ਦਿੱਤੀ ਔਰ ਆਪਣੀ ਸਾਰੀ ਜ਼ਿੰਦਗੀ ਨਿਮਰਤਾ ਵਿੱਚ ਲੰਘਾਈ। ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾਦਾਰ ਬਣ ਕੇ ਬਾਬਾ ਕੁੰਦਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ। ਬਾਬਾ ਜੀ ਦੀਆਂ ਸਾਖੀਆਂ ਬੇਅੰਤ ਨੇ। ਬਾਬਾ ਕੁੰਦਨ ਸਿੰਘ ਜੀ ਦੇ ਜੀਵਨ ਦੀਆਂ ਘਟਨਾਵਾਂ ਬੇਅੰਤ ਨੇ, ਪਰ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਵੀ, ਜਿਵੇਂ ਆਪ ਜੀ ਗੁਰਮੁਖ ਪਿਆਰਿਆਂ ਤੋਂ ਸੁਣ ਰਹੇ ਜੇ ਕਿ ਮਹਾਂਪੁਰਖਾਂ ਦੀ ਕਮਾਈ ਦੀ, ਕਮਾਈ ਵਾਲੇ ਮਹਾਂਪੁਰਖਾਂ ਦੇ ਦਰਸ਼ਨਾਂ ਦੀ, ਉਹਨਾਂ ਦੀ ਚਿਹਰੇ ਦੀ ਨੂਰ ਕਸ਼ਿਸ਼ ਹੀ ਇੰਨੀ ਹੁੰਦੀ ਹੈ ਕਿ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਵੀ ਫਲ ਮਿਲ ਜਾਂਦਾ ਹੈ। ਕਹਿੰਦੇ ਜਿਵੇਂ ਆਪਾਂ ਜ਼ਿਮੀਂਦਾਰ ਫਸਲਾਂ ਬੀਜਦੇ ਹਾਂ, ਜ਼ਿਮੀਂਦਾਰਾਂ ਫਸਲਾਂ ਬੀਜਦੇ ਹਾਂ, ਕਈ ਵਾਰਾਂ ਕੁਝ ਫਸਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਤੇ ਜਦੋਂ ਅਸਮਾਨੀ ਬੱਤੀ, ਅਸਮਾਨੀ ਬਿਜਲੀ ਗਰਜਦੀ ਹੈ ਨਾ, ਉਹ ਫਸਲਾਂ, ਉਹ ਬੂਟੇ ਪੌਦੇ ਸੜ ਜਾਂਦੇ ਨੇ। ਕੁਛ ਇਹੋ ਜਿਹੀਆਂ ਫਸਲਾਂ ਵੀ ਹੈਗੀਆਂ ਨੇ ਜਦੋਂ ਅਸਮਾਨੀ ਬਿਜਲੀ ਗਰਜਦੀ ਹੈ ਨਾ, ਉਹ ਚਮਕ ਦੇ ਨਾਲ ਉਹ ਪੌਦੇ ਸੜ ਜਾਂਦੇ ਨੇ। ਇਸੇ ਤਰ੍ਹਾਂ ਬਾਬਾ ਕੁੰਦਨ ਸਿੰਘ ਜੀ ਵਰਗੇ ਮਹਾਂਪੁਰਖ ਕਮਾਈ ਵਾਲੇ ਜਿਸ ਤਰ੍ਹਾਂ ਚਮਕ ਪਈ ਧਰਤੀ ਤੇ ਉਹ ਨਿੱਕੇ ਪੌਦੇ ਸੜ ਗਏ, ਇਸੇ ਤਰ੍ਹਾਂ ਮਹਾਂਪੁਰਖਾਂ ਬੰਦਗੀ ਵਾਲੇ, ਕਮਾਈ ਵਾਲੇ ਮਹਾਂਪੁਰਖਾਂ ਦੇ ਦਰਸ਼ਨਾਂ ਦੀ ਜਦੋਂ ਝਲਕ ਪੈਂਦੀ ਹੈ ਨਾ, ਉਦੋਂ ਦਰਸ਼ਨ ਕਰਨ ਵਾਲੇ ਜਗਿਆਸੂਆਂ ਦੇ ਜਦੋਂ ਉਹ ਲਾਈ ਦਰਸ਼ਨਾਂ ਦੀ ਝਲਕ ਪੈਂਦੀ ਹੈ ਤੇ ਦਰਸ਼ਨ ਕਰਨ ਵਾਲਿਆਂ ਦੇ ਜਨਮਾਂ ਜਨਮਾਂ ਦੇ ਪਾਪ ਵੀ ਸੜ ਜਾਂਦੇ ਨੇ। ਮਹਾਂਪੁਰਖਾਂ ਦੇ ਦਰਸ਼ਨ ਕਰਨ ਦੇ ਨਾਲ ਵੀ ਪਾਪ ਸੜ ਜਾਂਦੇ ਨੇ। ਉਹ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਦੇ ਦਰਸ਼ਨ ਵੀ, ਜਿਵੇਂ ਗੁਰਬਾਣੀ ਦਾ ਪ੍ਰਮਾਣ ਹੈ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੀ ਉਹ ਆਏ। ਕਿਸ ਦਿਨ? ਉਹ ਕਿਹੜਾ ਦਿਨ ਹੈ ਜੋ ਭਾਗਾਂ ਵਾਲਾ ਹੈ? ਕਹਿੰਦੇ ਜਿਸ ਦਿਨ ਕਿਸੇ ਪੂਰਨ ਮਹਾਂਪੁਰਖ ਦਾ ਦਰਸ਼ਨ ਹੋ ਜਾਵੇ, ਜਿਸ ਦਿਨ ਕਿਸੇ ਪੂਰਨ ਮਹਾਂਪੁਰਖ ਦਾ ਦਰਸ਼ਨ ਹੋ ਜਾਵੇ, ਉਹ ਦਿਨ ਵੀ ਭਾਗਾਂ ਵਾਲਾ ਹੈ। ਮਹਾਂਪੁਰਖ ਸਾਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ। ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਮਹਾਂਪੁਰਖ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਗੁਰਬਾਣੀ ਦੇ ਨਾਲ ਜੋੜਨ ਦਾ। ਜਿਉ ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਮਣੇ ਸਥੰਮਣ। ਕਹਿੰਦੇ ਜਿਸ ਤਰ੍ਹਾਂ ਇੱਕ ਮਹਿਲ ਨੂੰ ਥੰਮ ਆਸਰਾ ਦਿੰਦੇ ਨੇ, ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਗੁਰਬਾਣੀ ਥੰਮ ਬਣ ਕੇ ਆਸਰਾ ਦਿੰਦੀ। ਜਿਉ ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਮਣੇ ਸਥੰਮਣ। ਜੋ ਪਖਾਣ ਨਾਵ ਚੜ ਤਰੇ,
ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਕਹਿੰਦੇ ਜਿਸ ਤਰ੍ਹਾਂ ਪੱਥਰ, 1 ਗ੍ਰਾਮ ਦਾ ਪੱਥਰ ਦਾ ਟੁਕੜਾ ਪਾਣੀ ਚ ਸੱਟ ਦਿਓ ਡੁੱਬ ਜਾਏਗਾ, ਪਰ ਜਿਤਨਾ ਮਰਜ਼ੀ ਮਨਾ ਮੂਈ ਭਾਰਾ ਪੱਥਰ ਬੇੜੀ ਵਿੱਚ ਰੱਖਿਆ, ਨਦੀ ਤੋਂ 1 ਕਿਨਾਰੇ ਦੂਸਰੇ ਪਾਸੇ ਪਾਰ ਹੋ ਗਿਆ। ਇਸੇ ਤਰ੍ਹਾਂ ਜਿਹੜਾ ਜੋ ਪਾਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਇਸ ਤਰ੍ਹਾਂ ਜਿਹੜਾ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦਾ ਹੈ ਉਹ ਵੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਪਰ ਇਹ ਜੁੜਨ ਦੀ, ਗੁਰਬਾਣੀ ਦੇ ਨਾਲ ਜੁੜਨ ਦੀ ਜਿਹੜੀ ਜੁਗਤੀ ਹੈ ਨਾ, ਇਹ ਸਾਨੂੰ ਮਹਾਂਪੁਰਖਾਂ ਕੋਲੋਂ ਹੀ ਮਿਲਦੀ। ਗੁਰਬਾਣੀ ਦੇ ਨਾਲ ਜੁੜਨ ਦੀ, ਗੁਰਬਾਣੀ ਪੜ੍ਹਨ ਦੀ, ਨਿਤਨੇਮ ਕਰਨ ਦੀ ਇਹ ਸਿੱਖਿਆ, ਇਹ ਉਪਦੇਸ਼ ਸਾਨੂੰ ਮਹਾਂਪੁਰਖਾਂ ਕੋਲੋਂ ਹੀ ਮਿਲਦਾ। ਗੰਗਾ, ਜਮਨਾ, ਗੋਦਾਵਰੀ, ਸਰਸਵਤੀ ਉਦਮ ਕਰੇ ਧੂਰ ਸਾਧੂ ਕੀ ਤਾਈ। ਕਹਿੰਦੇ ਦੁਨੀਆਂ ਦੇ ਲੋਕ ਗੰਗਾ, ਗੋਦਾਵਰੀ ਇਹਨਾਂ ਵਿੱਚ ਇਸ਼ਨਾਨ ਕਰਦੇ ਨੇ ਕਿ ਸਾਡੇ ਪਾਪ ਦੂਰ ਹੋ ਜਾਣ, ਇਸ਼ਨਾਨ ਕਰਦੇ ਨੇ ਕਿ ਸਾਡੇ ਪਾਪ ਦੂਰ ਹੋ ਜਾਣ, ਪਰ ਇਹ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨੂੰ ਤਾਂ ਇਹ ਵੀ ਲੋਚਦੀਆਂ ਨੇ। ਗੰਗਾ, ਗੋਦਾਵਰੀ, ਸਰਸਵਤੀ ਇਹ ਨਦੀਆਂ ਵੀ ਲੋਚਦੀਆਂ ਨੇ ਕਿ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਜਾਵੇ। ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਹਰਿਦੁਆਰ ਬਰਾਜੇ, ਬਾਬਾ ਕੇਰ ਸਿੰਘ ਜੀ ਹਜ਼ੂਰੀ ਕੀਰਤਨੀਏ, ਬਾਬਾ ਭਜਨ ਸਿੰਘ ਜੀ ਵੱਡੇ ਜਿਹੜੇ ਹੁਣ, ਬਾਬਾ ਹਰਭਜਨ ਸਿੰਘ ਜੀ ਇਹਨਾਂ ਤੋਂ ਪਹਿਲਾਂ ਜਿਹਨਾਂ ਸੇਵਾ ਕੀਤੀ ਉਹ ਵੀ ਨਾਲ ਸਨ ਹਰਿਦੁਆਰ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਇੱਕ ਪੱਥਰ ਤੇ ਬੈਠ ਗਏ, ਜਦੋਂ ਪੱਥਰ ਤੇ ਬੈਠੇ ਤੇ ਬਾਬਾ ਕੇਰ ਸਿੰਘ ਜੀ ਹਜ਼ੂਰੀ ਕੀਰਤਨੀਏ ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਤੇ ਧਾਰਨਾ ਲਾਈ, ਗੰਗਾ, ਜਮਨਾ, ਗੋਦਾਵਰੀ, ਸਰਸਵਤੀ ਧੂੜ ਲੋਚੇ ਸਾਧੂਆਂ ਦੀ। ਤੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਆਪਣੇ ਰੰਗ ਵਿੱਚ, ਸਿਮਰਨ ਵਿੱਚ ਉਸ ਪੱਥਰ ਤੇ ਬੈਠੇ ਰਹੇ। ਸਮਾਂ ਇਸ ਤਰ੍ਹਾਂ ਹੋ ਗਿਆ ਕਿ ਜਿਹੜਾ ਗੰਗਾ ਦਾ ਪਾਣੀ ਸੀ ਉਹ ਵੀ ਚੜ੍ਹਨਾ ਸ਼ੁਰੂ ਹੋ ਗਿਆ। ਗੰਗਾ ਦਾ ਪਾਣੀ ਚੜ੍ਹਨਾ ਸ਼ੁਰੂ ਹੋ ਗਿਆ ਤੇ ਰਾਗੀਆਂ ਨੇ ਬੇਨਤੀ ਕੀਤੀ, ਬਾਬਾ ਜੀ ਪਾਣੀ ਤਾਂ ਵਾਜਿਆਂ ਕੋਲ ਆ ਗਿਆ, ਕੀਰਤਨ ਦੀ ਸਮਾਪਤੀ ਕਰ ਦਈਏ। ਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਭਾਈ ਨਹੀਂ, ਕੀਰਤਨ ਜਾਰੀ ਰੱਖੋ, ਕੀਰਤਨ ਜਾਰੀ ਰੱਖੋ। ਕੀ ਹੋਇਆ ਕਿ ਗੰਗਾ ਦਾ ਪਾਣੀ ਇੰਨਾ ਚੜ੍ਹ ਗਿਆ ਕਿ ਵਾਜਿਆਂ ਥੱਲੇ ਵੀ ਪਾਣੀ ਆ ਗਿਆ। ਤੇ ਜਦੋਂ ਪਾਣੀ ਤਾਂ ਚੜ੍ਹਿਆ ਤੇ ਬਾਬਾ ਈਸ਼ਰ ਸਿੰਘ ਜੀ ਉਸ ਪੱਥਰ ਦੇ ਉੱਤੇ ਬੈਠੇ ਨੇ, ਆਪਦਾ ਸਿਮਰਨ ਕਰ ਰਹੇ ਨੇ। ਤੇ ਬਾਬਾ ਈਸ਼ਰ ਸਿੰਘ ਜੀ ਨੇ ਆਪਣਾ ਇੱਕ ਚਰਨ ਥੱਲੇ ਨੂੰ ਕੀਤਾ। ਜਦੋਂ ਚਰਨ ਥੱਲੇ ਪਾਣੀ ਨੂੰ ਸੁਹਾਇਆ, ਉਸ ਗੰਗਾ ਦੇ ਜਲ ਨਾਲ, ਮਹਾਂਪੁਰਖਾਂ ਦੇ ਚਰਨਾਂ ਨਾਲ ਗੰਗਾ ਦੇ ਜਲ ਨੇ ਸਪਰਸ਼ ਕੀਤਾ। ਸਪਰਸ਼ ਕਰਨ ਤੋਂ ਬਾਅਦ ਉਹ ਜਿਹੜਾ ਗੰਗਾ ਦਾ ਜਲ ਸੀ ਉਹ ਘਟਣਾ ਸ਼ੁਰੂ ਹੋ ਗਿਆ। ਗੰਗਾ ਦਾ ਜਲ ਵੀ ਥੱਲੇ ਨੂੰ ਘਟਣਾ ਸ਼ੁਰੂ ਹੋ ਗਿਆ। ਉਹ ਮਹਾਂਪੁਰਖ ਜਿਨ੍ਹਾਂ ਦਾ ਆਪਾਂ 100 ਸਾਲਾਂ ਮਨਾ ਰਹੇ ਹਾਂ, ਉਹ ਕਿੰਨੀ ਕਮਾਈ ਵਾਲੇ ਮਹਾਂਪੁਰਖ ਜਿਨ੍ਹਾਂ ਦਾ ਚਰਨਾਂ ਦੀ ਛੂਹ ਪ੍ਰਾਪਤ ਕਰਨ ਲਈ ਗੰਗਾ ਦਾ ਜਲ ਵੀ ਕਿੰਨਾ ਵਿਆਕਲ ਹੈ।
ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਨ ਲਈ ਗੰਗਾ ਦਾ ਜਲ ਬੜਾ ਪਵਿੱਤਰ ਹੈ, ਪਰ ਮਹਾਂਪੁਰਖਾਂ ਦੇ ਚਰਨਾਂ ਨੂੰ ਛੂਹਣ ਵਾਸਤੇ, ਸਪਰਸ਼ ਕਰਨ ਵਾਸਤੇ ਉਹ ਗੰਗਾ ਦਾ ਜਲ ਵੀ ਕਿੰਨਾ ਉਤਾਵਲਾ ਹੈ। ਸੋ ਆਪ ਮਾਈ ਭਾਈ ਸਭ ਵੱਡੇ ਭਾਗਾਂ ਵਾਲੇ ਹੋ ਜੋ ਇੰਨੇ ਬੰਦਗੀ ਕਮਾਈ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਬੈਠੇ। ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਬੈਠਣਾ ਇਹ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਤੇ ਚੰਗੇ ਕਰਮਾਂ ਤੋਂ ਬਗੈਰ ਮਹਾਂਪੁਰਖਾਂ ਦੀ ਸੰਗਤ ਵੀ ਨਹੀਂ ਮਿਲਦੀ ਤੇ ਸੰਗਤ ਕਰਨ ਤੋਂ ਬਗੈਰ ਚੰਗੇ ਭਾਗ ਵੀ ਨਹੀਂ ਬਣਦੇ। ਇੱਕ ਵਾਰੀ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲੇ ਉਹਨਾਂ ਦੀ ਬਰਸੀ ਦਾ ਸਮਾਗਮ ਤੇ ਬਾਬਾ ਕੁੰਦਨ ਸਿੰਘ ਜੀ ਨੇ ਨਾਨਕਸਰ ਤੋਂ ਬਾਬਾ ਸੁਖਦੇਵ ਸਿੰਘ ਜੀ ਦੀ ਡਿਊਟੀ ਲਾਈ, ਭਾਈ ਤੁਸੀਂ ਉੱਥੇ ਹਾਜ਼ਰੀ ਭਰ ਕੇ ਆਉਣੀ ਹੈ। ਤੇ ਉਹ ਕਹਿਣ ਲੱਗੇ ਬਾਬਾ ਜੀ ਉੱਥੇ ਤਾਂ ਕੀਰਤਨੀ ਜਥੇ ਬੜੇ ਆਉਂਦੇ ਨੇ, ਉੱਥੇ ਤਾਂ ਟਾਈਮ ਨਹੀਂ ਮਿਲਦਾ। ਤੇ ਬਾਬਾ ਕੁੰਦਨ ਸਿੰਘ ਜੀ ਕਹਿਣ ਲੱਗੇ ਤੁਸੀਂ ਟਾਈਮ ਦੀ ਗੱਲ ਕਰਦੇ ਹੋ, ਮਹਾਂਪੁਰਖਾਂ ਦੀ ਯਾਦ ਵਿੱਚ ਸਮਾਗਮ ਹੋਵੇ ਨਾ, ਮਹਾਂਪੁਰਖਾਂ ਦੀ ਯਾਦ ਵਿੱਚ ਸਮਾਗਮ ਹੋਵੇ ਤੇ ਜੋੜਿਆਂ ਦੇ ਵਿੱਚ ਖੜਨ ਦਾ ਵੀ ਟਾਈਮ ਮਿਲ ਜਾਏ ਤੇ ਸਮਝ ਲੈਣਾ ਸਾਡੇ ਧੰਨ ਭਾਗ। ਮਹਾਂਪੁਰਖਾਂ ਦੀ ਯਾਦ ਵਿੱਚ ਤਾਂ ਜੋੜਿਆਂ ਵਿੱਚ ਵੀ ਖੜਨ ਦਾ ਸਮਾਂ ਮਿਲ ਜਾਵੇ ਉਹ ਸਾਡੇ ਲਈ ਚੰਗੇ ਭਾਗ ਨੇ। ਸੋ ਵਡਭਾਗੀ ਹੋ ਜੋ ਮਹਾਂਪੁਰਖਾਂ ਦੇ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ 100 ਸਾਲਾ ਜਨਮ ਦਿਹਾੜੇ ਅਤੇ ਧੰਨ ਧੰਨ ਬਾਬਾ ਗੁੰਦਨ ਸਿੰਘ ਜੀ ਦੇ ਬਰਸੀ ਦੀ ਯਾਦ ਵਿੱਚ ਸਮਾਗਮ ਵਿੱਚ ਜੁੜ ਬੈਠੇ ਹੋ, ਵਡਭਾਗੀ ਹੋ। ਇਹੋ ਜਿਹੇ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਬੈਠਣਾ ਇਹ ਸਾਡੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਔਰ ਜਦੋਂ ਕਥਾ ਕੀਰਤਨ ਗੁਰੂ ਕੀਆਂ ਕਥਾ ਕਹਾਣੀਆਂ ਗੁਰੂ ਕਾ ਹਰ ਜਸ ਸਰਵਣ ਕਰਾਂਗੇ, ਗੁਰੂ ਸਾਹਿਬਾਂ ਦੇ ਦਰਸ਼ਨ ਕਰਾਂਗੇ, ਸਾਡੇ ਹੋਰ ਵੀ ਭਾਗ ਚੰਗੇ ਹੋਣਗੇ। ਜਦੋਂ ਗੁਰੂ ਕੀਆਂ ਕਥਾ ਕਹਾਣੀਆਂ ਗੁਰੂ ਕਾ ਦਰਸ਼ਨ ਕਰਾਂਗੇ ਸਾਡੇ ਹੋਰ ਵੀ ਭਾਗ ਚੰਗੇ ਹੋ ਜਾਣਗੇ। ਸੋ ਵਡਭਾਗੀ ਹੋ ਜੋ ਬਾਬਾ ਜੀ ਦੇ ਇਸ ਦਰਬਾਰ ਦੇ ਵਿੱਚ ਬਾਬਾ ਜੀ ਦੀ ਯਾਦ ਵਿੱਚ ਜੁੜ ਬੈਠੇ ਹੋ। ਬਾਬਾ ਪ੍ਰਤਾਪ ਸਿੰਘ ਜੀ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਉਦਮ ਉਪਰਾਲੇ ਸਦਕਾ ਆਪ ਸਭ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਸਾਰਾ ਬਾਗ ਪਰਿਵਾਰ ਧੰਨ ਬਾਬਾ ਕੁੰਦਨ ਸਿੰਘ ਜੀ ਦਾ ਹੈ। ਕਿਉਂ ਬਹੁਤੀਆਂ ਸੰਗਤਾਂ ਜਿਨ੍ਹਾਂ ਬਾਬਾ ਈਸ਼ਰ ਸਿੰਘ ਜੀ ਦੇ ਟਾਈਮ ਤੇ ਦਰਸ਼ਨ ਕੀਤੇ ਨੇ ਉਹ ਕੁਛ ਵਿਰਲੇ ਪ੍ਰਾਣੀ ਨੇ, ਪਰ ਬਾਬਾ ਕੁੰਦਨ ਸਿੰਘ ਜੀ ਦਾ ਇਹ ਸਾਰਾ ਬਾਗ ਪਰਿਵਾਰ ਹੈ। ਜੇ ਪਾਠੀ ਸਿੰਘ ਨੇ, ਜੇ ਇੱਥੋਂ ਦੇ ਸੇਵਾਦਾਰ ਨੇ, ਸੰਗੀ ਨੇ, ਇਹ ਸਭ ਪਰਿਵਾਰ ਧੰਨ ਬਾਬਾ ਕੁੰਦਨ ਸਿੰਘ ਜੀ ਦਾ ਹੈ। ਜਿਵੇਂ ਭਾਈ ਗੁਰਕਬਾਲ ਸਿੰਘ ਜੀ ਨੂੰ ਕਹਿਣ ਲੱਗੇ ਕੋਈ ਪੁੱਛਿਆ, ਭਾਈ ਤੁਸੀਂ ਬਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕੀਤੇ ਨੇ? ਕਹਿੰਦੇ ਜੀ ਕੀਤੇ ਨੇ। ਕਹਿੰਦੇ ਅਸੀਂ ਬਾਬਾ ਕੁੰਦਨ ਸਿੰਘ ਜੀ ਦੇ ਵਿੱਚੋਂ ਹੀ ਬਾਬਾ ਈਸ਼ਰ ਸਿੰਘ ਔਰ ਬਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕੀਤੇ ਨੇ। ਇਹ ਉਹਨਾਂ ਦੀ ਭਾਵਨਾ ਹੈ, ਇਹ ਭਾਵਨਾ ਵਾਲਿਆਂ ਦੇ ਹੀ ਬੇੜੇ ਪਾਰ ਨੇ। ਬਾਬਾ ਜੀ ਦੇ ਬਚਨ ਨੇ ਜਿੰਨੀ ਵੱਡੀ ਭਾਵਨਾ ਓਨਾ ਹੀ ਗੁਰੂ ਲੱਗਾ। ਜੇ ਭਾਵਨਾ ਨਹੀਂ ਤੇ ਗੁਰੂ ਕੋਲ ਬੈਠਿਆਂ ਹੋਇਆਂ ਵੀ ਦੂਰ ਹੈ। ਜੇ ਭਾਵਨਾ ਹੈ ਤੇ ਕੋਈ ਗੁਰੂ ਤੋਂ ਦੂਰ ਵੀ ਬੈਠਾ ਹੈ ਨਾ, ਭਾਵਨਾ ਕਰਕੇ ਫਿਰ ਵੀ ਆਪਣੇ ਆਪ ਨੂੰ ਗੁਰੂ ਦੇ ਕੋਲ ਤੱਕਦਾ ਹੈ। ਸੋ ਵਡਭਾਗੀ ਹੋ ਜੋ ਇੱਥੇ ਬਾਬਾ ਜੀ ਦੇ ਨਾਨਕਸਰ ਗਜਰੌਲਾ ਬਾਜਪੁਰ ਇਸ ਠਾਠ ਤੇ
ਗੁਰੂ ਕੀਆਂ ਕਥਾ ਕਹਾਣੀਆਂ ਸਰਵਣ ਕਰਨ ਵਾਸਤੇ ਪਹੁੰਚੇ ਹੋ, ਵਡਭਾਗੀ ਹੋ। ਹੁਣ ਦਾਸਾਂ ਵੱਲੋਂ ਸਮਾਪਤੀ ਹੈ, ਗੁਰਮੁਖ ਪਿਆਰੇ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਸੰਤ ਬਾਬਾ ਕਾਰਜ ਸਿੰਘ ਜੀ ਨਾਨਕ ਸਰਠਾਟ ਮਸੀਤਾਂ ਤੋਂ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਪਾਵਨ ਜੀਵਨ ਬਾਰੇ ਆਪ ਸੰਗਤਾਂ ਨੂੰ ਦੱਸਿਆ ਕਿ ਦੱਸਣਾ ਕੀਤਾ ਹੈ ਕਿ ਕਿਸ ਤਰ੍ਹਾਂ ਪਰਮੇਸ਼ਰ ਨੂੰ ਜਪ ਕੇ, ਗੁਰੂ ਸਾਹਿਬ ਨੂੰ ਜਪ ਕੇ ਮਹਾਂਪੁਰਸ਼ ਗੁਰੂ ਨਾਲ ਭੇਦ ਹੋ ਜਾਂਦੇ ਨੇ, ਵਾਹਿਗੁਰੂ ਦੇ ਨਾਲ ਉਹ ਭੇਦ ਹੋ ਜਾਂਦੇ ਨੇ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫੁਰਮਾਨ ਹੈ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾਲੀ। ਜਿਨ੍ਹਾਂ ਨੇ ਮਾਲਕ ਨੂੰ ਜਪਿਆ ਹੈ ਉਹ ਮਾਲਕ ਦਾ ਹੀ ਰੂਪ ਹੋ ਜਾਂਦੇ ਨੇ। ਉਹ ਕੇਡਾਂ ਕਰਨ ਵਾਲਾ, ਉਹ ਕੇਲਾ ਕੇਲ ਕਰਨ ਵਾਲਾ ਵਿਸ਼ ਪਰਮੇਸ਼ੁਰ ਵਾਹਿਗੁਰੂ ਉਹਨਾਂ ਦੇ ਨਾਲ ਮਿਲ ਪੈਂਦਾ ਹੈ, ਉਹਨਾਂ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਹੈ। ਐਸੇ ਸਤਿਪੁਰਸ਼ਾਂ ਦੇ ਜੀਵਨ ਬਾਰੇ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਸੰਤ ਬਾਬਾ ਕਾਰਜ ਸਿੰਘ ਜੀ ਨਾਨਕਸਰ ਮਸੀਤਾਂ ਤੋਂ। ਸੋ ਹੁਣ ਸਤਸੰਗ ਜੀ ਪੰਜ ਮਿੰਟ ਵਾਸਤੇ ਭਾਈ ਅਜੀਤ ਸਿੰਘ ਜੀ ਹੀ ਦਾ, ਉਹ ਆਪ ਸੰਗਤਾਂ ਨੂੰ ਇੱਕ ਕਵਿਤਾ ਕਹਿ ਕੇ ਸੁਣਾਉਣਗੇ। ਉਹਨਾਂ ਤੋਂ ਉਪਰੰਤ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਜੀ, ਉਹ ਆਪ ਸੰਗਤਾਂ ਦੇ ਸਨਮੁਖ ਹੋਣਗੇ। ਸੋ ਆਓ ਪੰਜ ਮਿੰਟ ਵਾਸਤੇ ਸਰਵਣ ਕਰੀਏ ਗਿਆਨੀ ਅਜੀਤ ਸਿੰਘ ਜੀ ਹੀਰਾ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।